खबर सुनाम तो है जिथे कि एक दोस्त वालों अपने ही दोस्त का कतल कर दिता गया है। कतल की घटना नूं अंजाम एक ढाबे ते दिता गया जिथे कि कबड्डी टूरनामेंट देख के दोस्त वापस आए सन अते खाना खाण लई ढाबे ते बैठे सन कि दूसरे दोस्त ने अचानक ही अपने लसंसी हथियार नाल गोलियां मार के अपने ही दोस्त का कतल कर दिता। फिलहाल पुलिस ने मौके ते आके जांच शुरू कर दिती है अते पुलिस का कहना है कि जल्द ही दोषी नूं गिरफ्तार कर लिया जाएगा। भरा 1 बजे घरों गया जी, नाल मुंडा धर्मिंदर नाम का, इतों शेरों तो मुंडा जी, वो नाल सीगा जी, होर 2-3 यार दोस्त सीगे इहदे नाल, टूरनामेंट ते गए ने जी। उत्थे जाके इन्हां दी पता नहीं की आपच कोई गल हुई है या नहीं, आपां नूं कोई मैं नाल नहीं हैगा सीगा। उत्थों ये रात नूं लालो 11 बजे वापस आ गए ने। वापस आ के उस मुंडे दसदे ने कि जिदा उत्थे माड़ा मोटा सुखी नाल होया कि जिदा दारू पी रखी सी, मुंडे ने स्टेज पर चढ़ता सीगा, इन्हें सुखी ने कहा भी तू ना मतलब चढ़ कि तेनों उपर है ना बेइज्जती वाला काम है भी पी रखी तू रहन दे, मतलब जिदा रोकया इन्हें, पता नहीं वो इन्ने मन च की गुस्सा आ गया। उस बाद आ के इतने संगरूर कैंचे रोटी खाने लगे यदि गड्डी मुंडा यदि गड्डी बह के आके इतने आके जो रोटी खान लगे ने तो वह मुंडा बाहर ही सी, दूजे अंदर आ गए। वो मन च पता नहीं की सीगा, उन्हें बाहरों पिस्टल लोड करके लिया, बस मगरों आके नाल ही धोण दे ला के उन्हें जिन्ना पिस्टल च गोलियां सी सारा खाली करता पिस्टल मेरे भरा दे, मेरा भरा मारता। ਮਨਿੰਦਰ ਸਿੰਘ ਲਖਮੀਰ ਵਾਲਾ ਜੀ, ਇਧਰ ਵੀ ਪੁੱਛਣਾ ਚਾਹੁੰਦਾ ਤੁਹਾਡੇ ਦੋਸਤ ਦਾ ਕਤਲ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਦੀ ਘਟਨਾ ਸੀ, ਔਰ ਕੀ ਮਾਹੌਲ ਹੈਗਾ, ਕੀ ਤੁਸੀਂ ਮੰਗ ਕਰ ਰਹੇ ਹੋ, ਪੂਰੀ ਗੱਲ ਮੈਨੂੰ ਸਾਰੀ ਵਿਸਥਾਰ ਨਾਲ। ਇਹ ਜਿਹੜਾ ਮੇਨ ਕਤਲ ਦਾ ਤਾਂ ਇਹ ਸੀਗਾ ਵੀ ਇਹ ਕੋਈ ਪਹਿਲਾਂ ਜਾਣ ਬੁੱਝ ਕੇ ਕੋਈ ਰੰਜਿਸ਼ ਨਹੀਂ ਸੀ ਕਿਸੇ ਤਰ੍ਹਾਂ ਦੀ, ਵੀ ਇਹ ਕੱਲ੍ਹ ਇਕੱਠੇ ਗਏ ਨੇ ਇੱਥੋਂ, ਜਿਹੜੇ ਨਾਲ ਮੁੰਡੇ ਸੀਗੇ ਹੋਰ ਉਹਨਾਂ ਦੇ ਦੱਸਣ ਮੁਤਾਬਕ ਇਹ ਹੱਸਦੇ ਖੇਡਦੇ ਇੱਥੋਂ ਇਕੱਠੇ ਗਏ ਨੇ। ਪਟਿਆਲੇ ਡਿਸਟ੍ਰਿਕਟ ਦੇ ਵਿੱਚ ਕੋਈ ਪਿੰਡ ਹੈਗਾ ਘੜਾਓ ਮੇਰੇ ਖਿਆਲ ਇਸ ਨਾਮ ਦਾ, ਉੱਥੇ ਕੋਈ ਖੇਡਾਂ ਸੀਗੀਆਂ, ਉੱਥੇ ਸਿੰਗਰ ਸੁੰਗਰ ਵੀ ਲੱਗਿਆ ਸੀ, ਉੱਥੇ ਹੱਸਦੇ, ਉੱਥੇ ਜਿਹੜਾ ਮੁੰਡਾ ਸੀਗਾ ਸ਼ੇਰੋਂ ਤੋਂ ਇਹਨੇ ਡਰਿੰਕ ਵਗੈਰਾ ਜ਼ਿਆਦਾ ਕਰ ਲਈ ਸਟੇਜ 'ਤੇ, ਜਾਣ ਕੇ ਦੱਸਣ ਮੁਤਾਬਕ ਗਿਰ ਰਿਹਾ ਸੀਗਾ ਜਾਂ ਓਵਰ ਸੀਗਾ, ਉਹਨੇ ਥੋੜ੍ਹਾ ਜਿਹਾ ਉੱਥੋਂ ਉਹਨੂੰ ਵਰਜਿਆ ਵੀ ਤੂੰ ਆਪਣੀ ਬਦਨਾਮੀ ਹੈ ਬੈਠ ਜਾ ਵੀ ਇਸ ਤਰ੍ਹਾਂ ਕਿਉਂ। ਉਸ ਤੋਂ ਉਹਨੇ ਗੁੱਸਾ ਕਰ ਲਿਆ, ਗੁੱਸਾ ਕਰਕੇ ਬਾਹਰ ਜਦੋਂ ਗੱਡੀਆਂ ਜਾਣ ਲੱਗੇ ਉਦੋਂ ਫਿਰ ਕਿਹਾ ਮੇਰੀ ਬੇਇੱਜ਼ਤੀ ਕਰਤੀ, ਤਾਂ ਇਹਨੇ ਜੋ ਨਾਲ ਸੀ ਮੁੰਡੇ ਉਹਨਾਂ ਦੇ ਦੱਸਣ ਮੁਤਾਬਕ ਇਹਨੇ ਕਿਹਾ ਵੀ ਬੇਇੱਜ਼ਤੀ ਵਾਲੀ ਇਹ 'ਚ ਕੀ ਗੱਲ ਹੈ, ਮੈਂ ਤੈਨੂੰ ਕਿਹਾ ਉਹ 'ਚ ਆਪਣੀ ਬੇਇੱਜ਼ਤੀ ਸੀਗੀ ਤਾਂ ਤੈਨੂੰ ਰੋਕਿਆ ਸੀਗਾ। ਅਤੇ ਉਸ ਤੋਂ ਬਾਅਦ ਇਹ ਗੱਡੀ ਦੇ ਵਿੱਚ ਠੀਕ ਆਏ ਨੇ, ਆਉਣ ਸਾਰ ਇੱਥੇ ਆ ਕੇ ਇਹ ਢਾਬੇ 'ਤੇ ਸਨਾਮ ਰੁਕੇ ਨੇ ਆਪਣਾ ਸੰਗਰੂਰ ਕੈਂਚੀਆਂ ਦੇ ਵਿੱਚ, ਅਤੇ ਉੱਥੇ ਆ ਕੇ ਖਾਣੇ ਦਾ ਔਡਰ ਕੀਤਾ, ਇਹਨਾਂ ਨੇ ਖਾਣਾ ਆਇਆ ਹੀ ਨਹੀਂ ਸੀ, ਬਸ ਉਹ ਮੁੰਡਾ ਬਾਹਰੋਂ ਆਇਆ ਹੈਗਾ, ਆਉਣ ਸਾਰ ਉਹਨੇ ਫਾਇਰਿੰਗ ਕਰਤੀ ਆ ਜਿਹਦੇ ਵਿੱਚ ਇਹਦੀ ਤੁਰਤੀ ਜਾਣੀ ਕਿ ਮੌਤ ਹੋ ਗਈ। ਇਹ ਬਹੁਤ ਮੰਦਭਾਗੀ ਘਟਨਾ ਜੀ, ਸਾਡਾ ਨੌਜਵਾਨ ਸਾਥੀ ਸੀਗਾ ਸੁੱਖੀ ਸਾਡਾ ਭਰਾ ਸਿੰਘਪੁਰੇ ਤੋਂ, ਉਹਨਾਂ ਦੇ ਨਾਲ ਦੇ ਹੀ ਦੋਸਤ ਨੇ ਗੋਲੀਆਂ ਮਾਰ ਕੇ ਹੱਤਿਆ ਕਰਤੀ। ਇਹ ਬਹੁਤ ਹੀ ਮੰਦਭਾਗੀ ਘਟਨਾ ਜੀ। ਸੁੱਖੀ ਬਹੁਤ ਵਧੀਆ ਇਨਸਾਨ ਸੀਗਾ ਜੀ, ਯੂਥ ਦੇ ਵਿੱਚ ਸਾਰੇ ਨਾਂ ਜਾਣਿਆ ਜਾਂਦਾ ਸੀਗਾ ਸੁੱਖੀ ਦਾ, ਹਰ ਇੱਕ ਥਾਂ 'ਤੇ ਵਰਤਵਾਰਾ ਰੱਖਦਾ ਸੀ, ਕਿਸਾਨੀ ਅੰਦੋਲਨ ਦੇ ਵਿੱਚ ਵੀ ਦਿੱਲੀ ਹੀ ਰਿਹਾ ਭਰਾ, ਅਤੇ ਸੋਸਲ ਬੰਦਾ ਸੀਗਾ। ਪਰ ਪਤਾ ਨਹੀਂ ਕੀ ਗੱਲਬਾਤ ਹੋਈ, ਇਹ ਹੁਣ ਰੱਬ ਜਾਣਦਾ ਹੈ, ਪਰ ਨਾਲ ਦੇ ਇਹੀ ਦੋਸਤ ਨੇ ਉਸਦਾ ਕਤਲ ਕੀਤਾ। ਕੱਲ੍ਹ ਕਿਸੇ ਫੰਕਸ਼ਨ ਤੋਂ ਆਏ ਸੀਗੇ ਵੀਰੇ, ਇਹ ਕਿਸੇ ਫੰਕਸ਼ਨ ਤੋਂ ਆਉਂਦੇ ਹੋਏ ਰਸਤੇ ਦੇ ਵਿੱਚ ਹੋਇਆ। ਕੁਛ ਫਰੈਂਡਸ ਸੀਗੇ ਜੋ ਕਬੱਡੀ ਟੂਰਨਾਮੈਂਟ ਦੇਖਣ ਵਾਸਤੇ ਗਏ ਸੀਗੇ ਘੜਾਮ, ਅਤੇ ਉੱਥੋਂ ਲੌਟਦੇ ਟਾਈਮ ਇਹਨਾਂ ਨੇ ਕੋਈ ਡਰਿੰਕ ਵਗੈਰਾ ਕੀਤੀ ਸੀ ਸ਼ਾਇਦ, ਅਤੇ ਇਸ ਤਰ੍ਹਾਂ ਦਾ ਬਿਆਨ ਹੋਇਆ। ਉਸ ਤੋਂ ਬਾਅਦ ਇਹਨਾਂ ਦਾ ਝਗੜਾ ਹੋਇਆ ਹੋਟਲ ਦੇ ਵਿੱਚ, ਅਤੇ ਧਰਮਿੰਦਰ ਸਿੰਘ ਨਾਂ ਦਾ ਵਿਅਕਤੀ ਹੈਗਾ ਜਿਹਨੇ ਆਪਣੇ ਦੋਸਤ ਨੂੰ ਆਪਣੇ ਪਿਸਟਲ ਨਾਲ ਫਾਇਰ ਕਰਕੇ ਉੱਥੇ ਹੀ ਉਹਦਾ ਕਤਲ ਕਰਤਾ, ਜਿਸ ਦੀ ਪੜਤਾਲ ਅਸੀਂ ਸ਼ੁਰੂ ਕਰਤੀ ਹੈ, ਮੁਕੱਦਮਾ ਦਰਜ ਹੋ ਗਿਆ ਅਤੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।